ਅਸਲਾਮ ਵਾਲੇਕੁਮ ਜੀ, ਮੈਂ ਪਾਸ਼ਾ ਜੱਟ ਖੱਖਾਂ ਵਾਲਾ ਤੇ ਅੱਜ ਸਾਡੇ ਮਹਿਮਾਨ ਬਣੇ ਆ ਜੀ 150 ਜੱਗੂ ਵਾਲੀ ਟੋਬਾ ਟੇਕ ਸਿੰਘ ਤੋਂ ਵੀ ਤਕਰੀਬਨ 19 ਕੀ ਪੈ ਜਾਂਦੀ ਹੈ ਤੇ ਫਲੋਰ ਅੱਡੇ ਤੋਂ ਵੀ 19 ਕੀ ਪੈ ਜਾਂਦੀ ਹੈ। ਤੇ ਵੀਰ ਸਾਨੂੰ ਅੱਜ ਮਿਲਣ ਵਾਸਤੇ ਆਏ ਆ ਜੀ ਖੱਖਾਂ ਦੇ ਵਿੱਚ, ਤੇ ਬਹੁਤ ਸ਼ੁਕਰੀਆ ਵੀਰਾਂ ਦਾ। ਬਾਈ ਹੁਣੀ ਰਿਆਜ਼ ਗੁੱਜਰ ਤੇ ਆਪਣਾ ਕੀ ਨਾਮ ਬਾਈ, ਤਾਰਕ ਗੁੱਜਰ, ਰਿਆਜ਼ ਗੁੱਜਰ ਤੇ ਤਾਰਕ ਗੁੱਜਰ, ਇਹ ਦੋਵੇਂ ਵੀਰ ਸਾਨੂੰ ਮਿਲਣ ਵਾਸਤੇ ਆਏ ਜੀ ਜੱਗੂ ਵਾਲੀ 50 ਤੋਂ। ਤੇ ਹੁਣ ਬਾਈ ਹੁਣਾਂ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਨਾ ਬਹੁਤ ਬਾਈ ਨੇ ਚੰਗੀਆਂ ਗੱਲਾਂ ਕੀਤੀਆਂ ਵੀ ਜਿਹੜੀ ਮਾਂ ਬੋਲੀ ਜਵਾਨ ਆ ਨਾ ਪੰਜਾਬੀ, ਇਹਨੂੰ ਲੋਕ ਛੱਡਦੇ ਜਾਂਦੇ ਆ, ਤੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਤੇ ਬਾਕੀ ਹੁਣ ਬਾਈ ਨੂੰ ਪੁੱਛਦੇ ਆ ਆਪਾਂ ਵੀ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਆ, ਤੇ ਪਿੱਛੋਂ ਤੁਹਾਡਾ ਕਿਹੜਾ ਜ਼ਿਲ੍ਹਾ ਵਾ ਤੇ ਕਿਹੜਾ ਪਿੰਡ ਸੀਗਾ, ਕਿਉਂਕਿ ਇਹ ਗੱਲਾਂ ਹੁਣ ਲੋਕ ਛੱਡਦੇ ਜਾਂਦੇ ਆ। ਨਵੀਂ ਨਸਲ ਜਿਹੜੀ ਆ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡੇ ਵੱਡਿਆਂ ਦਾ ਪਿੱਛੇ ਕਿਹੜਾ ਪਿੰਡ ਸੀਗਾ, ਪਿੱਛੇ ਕਿਹੜਾ ਜ਼ਿਲ੍ਹਾ ਸੀਗਾ। ਹਾਲਾਂਕਿ ਇਹ ਇਲਮ ਰੱਖਣਾ ਜ਼ਰੂਰੀ ਆ, ਕਿਉਂਕਿ ਇਹਦੇ ਤੋਂ ਬੰਦਿਆਂ ਦੀ ਪਛਾਣ ਹੁੰਦੀ ਹੈ। ਤੇ ਹੋਰ ਜੀ ਬਾਈ ਜੀ, ਰਾਜੀ ਬਾਜੀ, ਬਹੁਤ ਸ਼ੁਕਰੀਆ ਭਾਜੀ ਹਜਨ ਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਖੁਸ਼ੀ ਹੋਈ ਜੀ ਤੁਸੀਂ ਸਾਡੇ ਕੋਲ ਪਹੁੰਚੇ ਵੀਰ ਮਿਲਣ ਵਾਸਤੇ। ਮੈਂ ਕਹਿੰਦਾ ਜੀ ਖੁਸ਼ੀ ਸਾਨੂੰ ਹੋਈ ਆ ਕਿ ਤੁਸੀਂ ਸਾਨੂੰ ਵਕਤ ਦਿੱਤਾ। ਨਹੀਂ ਜੀ ਕੋਈ ਗੱਲ ਨਹੀਂ, ਸ਼ੁਕਰੀਆ। ਅੱਛਾ, ਸਾਨੂੰ ਹੁਣ ਤੁਸੀਂ ਦੱਸੋ ਵੀ ਤੁਹਾਡਾ ਪਿੱਛੋਂ ਕਿਹੜਾ ਜ਼ਿਲ੍ਹਾ ਸੀ ਤੇ ਮਾਂ ਬੋਲੀ ਦੀ ਜਿਹੜੀ ਤੁਸੀਂ ਗੱਲ ਸੁਣਾਉਂਦੇ ਸੀ ਉਹ ਵੀ ਸੁਣਾਓ ਸਾਨੂੰ। ਹਾਂਜੀ ਬਿਲਕੁਲ, ਗੱਲ ਸੁਣਾਵਾਂਗੇ ਜੀ, ਕਿਉਂਕਿ ਮਾਂ ਬੋਲੀ ਸਾਡਾ ਜਿਹੜਾ ਕਲਚਰ ਆ ਨਾ, ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮਕਸਦ, ਠੀਕ ਨਾ। ਬਾਕੀ ਆਪਣੇ ਜਿਹੜੇ ਭਾਈ ਹਜ਼ਰਾਤ ਆ, ਆਪਣੇ ਟਿਕਟੋਕਰ ਆ, ਵਲੌਗਰ ਆ ਪੰਜਾਬੀ, ਠੀਕ ਆ। ਅਗਰ ਅਸੀਂ ਉਹ ਮਿਲਦੇ ਹਾਂ ਸਿਰਫ ਆਪਣੀ ਫੈਨ ਫੋਲੋਇੰਗ ਵਾਸਤੇ ਨਹੀਂ ਮਿਲਦੇ, ਅਸੀਂ ਮਿਲਦੇ ਹਾਂ ਕਿ ਇਸ ਕਰਕੇ ਯਾਰ ਸਾਡਾ ਕਲਚਰ ਜਿਹੜਾ ਨਾ ਉਹ ਇੰਪਰੂਵ ਹੋ ਰਿਹਾ, ਵੱਧ ਰਿਹਾ ਵਾ, ਠੀਕ ਹੈ। ਇਹ ਡਿਵੈਲਪ ਹੋਣਾ ਚਾਹੀਦਾ, ਕਿਉਂਕਿ ਸਾਡੀ ਅਨਵਰ ਮਕਸੂਦ ਦੀ ਮੈਨੂੰ ਗੱਲ ਯਾਦ ਆ ਗਈ, ਬਲਕਿ ਅਨਵਰ ਮਕਸੂਦ ਜੀ ਦਾ ਸ਼ਾਇਰ ਆ, ਹਾਂਜੀ ਹਾਂਜੀ, ਠੀਕ ਆ, ਪੜ੍ਹਿਆ ਲਿਖਿਆ ਆਦਮੀ। ਉਹਨੇ ਕਿਹਾ ਦੇਖੋ ਮੇਰੀ ਮਾਂ ਮਾਦਰੀ ਜ਼ਬਾਨ ਜਿਹੜੀ ਆ ਨਾ ਉਹ ਪੰਜਾਬੀ ਆ, ਤੇ ਮੇਰੇ ਬੱਚਿਆਂ ਦੀ ਮਾਦਰੀ ਜ਼ਬਾਨ ਜਿਹੜੀ ਆ ਉਹ ਉਰਦੂ ਆ। ਜਿਹੜਾ ਬਾਈ ਜੀ ਸਾਡਾ ਪਿਛੋਕੜ ਆ ਨਾ, ਹਾਂਜੀ, ਉਹ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ, ਮੇਰਾ ਵੀ ਭਾਈ ਤਾਰਕ ਦਾ ਵੀ, ਠੀਕ ਆ, ਗੁੱਜਰ ਬਰਾਦਰੀ ਨੂੰ ਮੇਰਾ ਤਲਕ ਆ, ਠੀਕ ਆ, ਤੇ ਤਫਸੀਲ ਮੇਰੇ ਤਾਇਆ ਜੀ ਉੱਥੋਂ ਸੀਗੇ, ਅੱਛਾ, ਜਲਾਲਦੀਨ ਮਿੰਬਰ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ 1 ਜਨਵਰੀ ਨੂੰ ਉਹਨਾਂ ਦਾ ਇੰਤਕਾਲ ਹੋਇਆ ਸੀਗਾ, ਜੰਨਤ ਚ ਜਗ੍ਹਾ ਦੇਵੇ, ਆਮੀਨ ਜੀ ਆਮੀਨ, ਠੀਕ ਆ। ਸਭ ਕੁਛ 7-8 ਜੀ ਉਹ ਲਟਾ ਕੇ ਇੱਥੇ ਪਹੁੰਚੇ ਸੀ, ਅੱਛਾ ਅੱਛਾ, ਠੀਕ ਹੈ, ਤੇ ਮਰਬੇ ਜ਼ਮੀਨਾਂ ਦੇ ਛੱਡ ਕੇ। ਕੀ ਬਾਤ ਹੈ, ਦੇਖੋ ਜੀ ਜਿਨ੍ਹਾਂ ਦੇ ਇੰਨੇ ਨੁਕਸਾਨ, ਹਾਂਜੀ, ਕਿੱਡੇ ਸਬਰ ਵਾਲੇ ਬੰਦੇ ਆ ਜੀ ਉਹ, ਜਿਨ੍ਹਾਂ ਨੇ ਬਰਦਾਸ਼ਤ ਕੀਤੀਆਂ। ਮੈਂ ਕਹਿੰਦਾ ਕਿ ਉਹਨਾਂ ਦੇ ਹੌਸਲੇ ਆ, ਹਾਂਜੀ ਹਾਂਜੀ, ਕਿ ਇੱਥੇ ਆ ਕੇ ਮੁੜ ਕੇ ਪੈਰ ਜਮਾ ਜਾਣਾ, ਮੁੜ ਕੇ ਫਿਰ ਜ਼ਮੀਨਾਂ ਬਣਾ ਲੈਣੀਆਂ ਮਿਹਨਤਾਂ ਨਾਲ, ਏਦਾਂ ਹੀ ਆ, ਏਦਾਂ ਹੀ, ਠੀਕ ਆ। ਤੇ ਉਹ ਗੱਲ ਸੀ, ਇਹ ਗੱਲ ਕਰ ਰਹੇ ਸੀਗੇ ਕਿ ਅੱਛਾ ਪਿੰਡ ਸਾਡਾ, ਮੈਂ ਪਿੰਡ ਦੱਸਣਾ ਭੁੱਲ ਗਿਆ ਕਿ ਪਿੰਡ ਸਾਡਾ ਸੀ ਕੋਕਾਨੇਟ, ਅੱਛਾ, ਕੋਕਾਨੇਟ ਪਿੰਡ ਜਿਹੜਾ ਨਾ ਇਹ ਪੰਜਾਬ ਦੇ ਬਾਰਡਰ ਹਿਮਾਚਲ ਪ੍ਰਦੇਸ਼ ਦੇ ਕੋਲੇ ਪੈਂਦਾ, ਅੱਛਾ, ਇਹ ਬਾਰਡਰ ਤੇ ਆ ਪਿੰਡ, ਠੀਕ ਆ, ਇਹਦੇ ਨਾਲ ਕੋਕਾਨੇਟ, ਕੋਕਾਨੇਟ ਦੇ ਨਾਲ ਡੇਰੀਆਂ, ਲੋ ਡੇਰੀਆਂ ਤੇ ਅਪਰ ਡੇਰੀਆਂ, ਇਹ ਪੂਰੀ ਤਫਸੀਲ ਮੇਰੇ ਤਾਇਆ ਜੀ ਨੇ, ਆਹ ਮੇਰੇ ਤਾਇਆ ਜੀ ਦੀ ਨਿਸ਼ਾਨੀ ਆ, ਮਾਸ਼ਾਅੱਲਾ, ਠੀਕ ਆ ਨਾ। ਇਹ ਕੋਸ਼ਿਸ਼ ਮੈਂ ਕਰਦਾ ਹੁੰਦਾ ਕਿ ਕਿਸੇ ਖਾਸ ਜਗ੍ਹਾ ਤੇ ਜਾਵਾਂ ਨਾ, ਇਹ ਮੇਰੇ ਨਾਲ ਹੋਵੇ, ਕਿਉਂਕਿ ਇਹਦੇ ਵਿੱਚੋਂ ਮੈਨੂੰ ਮੁਸ਼ਕ ਆਉਂਦਾ, ਤੈਨੂੰ ਜਾਣੀ ਇਹ ਉਹਨਾਂ ਦਾ ਵਿਰਸਾ ਯਾਦ ਆ ਰਿਹਾ। ਮੈਂ ਕਿਹਾ ਇਨਸ਼ਾਅੱਲਾ ਜਦ ਤੱਕ ਰਹੇਗਾ ਸਾਂਭਾਂਗੇ ਜੀ, ਮਾਸ਼ਾਅੱਲਾ। ਉਹਨਾਂ ਦੀ ਜੁੱਤੀ ਜਿਹੜੀ ਉਹਨਾਂ ਦਾ ਖੁੱਸਾ, ਇਹ ਚਮ ਦੀ ਜੁੱਤੀ ਪਾਉਂਦੇ ਸਿਆਣੇ ਬੰਦੇ, ਉਹ ਮੇਰੇ ਕੋਲੇ ਪਈ, ਉਹਨਾਂ ਦਾ ਸਲਵਾਰ, ਆਪਣਾ ਚਾਦਰ ਤੇ ਕਮੀਜ਼, ਉਹ ਅਲਹਮਦੁਲਿਲਾ ਮੈਂ ਸਾਂਭਾਂਗਾ ਇਨਸ਼ਾਅੱਲਾ। ਉਹਦਾ ਮਕਸਦ ਪਤਾ ਕੀ ਆ? ਮਕਸਦ ਉਹਦਾ ਉਹਨੂੰ ਪੂਜਣਾ ਨੀ, ਮਕਸਦ ਉਹਦਾ ਇਹ ਹੈ ਕਿ ਇਹ ਚੀਜ਼ ਜਿਹੜੀ ਅਸੀਂ ਪਿੱਛੋਂ ਲੈ ਕੇ ਆਏ ਸੀ, ਹਾਂ, ਸਾਨੂੰ ਉਹ ਯਾਦ ਦਿਲਾਉਂਦੀ ਰਹੂਗੀ, ਸਾਨੂੰ ਯਾਦ ਦਿਲਾਉਂਦੀ ਰਹੂਗੀ। ਬਾਕੀ ਤਾਂ ਛੱਡੋ ਪਾਸ਼ਾ ਜੀ, ਮੈਂ ਗੱਲ ਕਰਾਂਗਾ ਕਿ ਦੇਖੋ ਆਪਾਂ ਗੱਲ ਪਹਿਲੇ ਗਰਮੀ ਤੋਂ ਸ਼ੁਰੂ ਕੀਤੀ, ਹਾਂਜੀ ਹਾਂਜੀ, ਸਾਨੂੰ ਗਰਮੀ ਹੁਣ ਕਿਉਂ ਬਹੁਤੀ ਲੱਗਦੀ ਆ, ਸਾਡੇ ਮਕਾਨ ਪੱਕੇ ਹੋ ਗਏ, ਸਾਡੇ ਤੇੜ ਪੈਂਟ ਆ ਗਈ, ਏਦਾਂ ਹੀ, ਠੀਕ ਆ ਨਾ, ਥੱਲੇ ਅਸੀਂ ਜਰਾਬਾਂ ਪਾ ਕੇ ਗਰਮੀਆਂ ਨੂੰ ਵੀ ਬੂਟ ਪਾਈ ਫਿਰਦੇ ਹਾਂ, ਏਦਾਂ ਹੀ, ਸਿਰ ਤੇ ਸਾਡੇ ਸਿਰ ਤੇ ਕੱਪੜਾ ਨੀ,
ਠੀਕ ਹੈ ਨਾ। ਜੇ ਚਾਦਰ ਲਾਈ ਹੋਵੇ, ਜਿਸ ਬੰਦੇ ਨੇ ਕਮੀਜ਼ ਪਾਈ ਹੋਵੇ, ਸਿਰ ਤੇ ਕੱਪੜਾ ਬੰਨਿਆ ਹੋਵੇ, ਪੱਗ ਬੰਨੀ ਹੋਵੇ 4 ਮੀਟਰ ਦੀ, ਉਹਨੂੰ ਗਰਮੀ ਕਿੱਦਾਂ ਲੱਗੂਗੀ ਜੇ ਉਹ ਬੈਠਾ ਹੀ ਹੋਵੇ ਕੱਚੇ ਕਮਰੇ ਦੇ ਵਿੱਚ? ਹਾਂ ਸਹੀ ਗੱਲ, ਬਿਲਕੁਲ ਨਾ ਲੱਗੂਗੀ। ਦੂਸਰੀ ਗੱਲ ਇਹ ਕਰ ਰਹੇ ਸੀਗੇ ਭਾਈ ਹੁਣੀ ਭਾਈ ਨਾਲ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਨਾ, ਉਹ ਤੋਂ ਅਸੀਂ ਬਹੁਤ ਪਿੱਛੇ ਹੁੰਦੇ ਜਾ ਰਹੇ, ਏਦਾਂ ਹੀ ਏਦਾਂ ਬਹੁਤ ਪਿੱਛੇ ਹੁੰਦੇ ਜਾ ਰਹੇ ਹਾਂ। ਇੱਥੇ ਤੱਕ ਮੈਂ ਕਹਿੰਦਾ ਬਾਜ਼ੀ ਵੇਲੇ ਸਲਿਪ ਆਫ ਟੰਗ ਵਿਕਟੋ ਵੀ ਹੋ ਜਾਂਦੀ ਆ ਕਿ ਯਾਰ ਅਸੀਂ ਮਿਕਸ ਹੋ ਗਏ। ਸਹੀ ਗੱਲ, ਮਿਕਸ ਹੋ ਗਏ ਸਾਨੂੰ। ਬਾਕੀ ਹਰ ਕੌਮ ਨੇ ਆਪਣੀ ਜਿਹੜੀ ਜ਼ਬਾਨ ਆ ਨਾ, ਮਾਂ ਬੋਲੀ ਆ, ਉਹਨੂੰ ਤਰੱਕੀ ਦਿੱਤੀ। ਅਸੀਂ ਕੀ ਕੀਤਾ, ਅਸੀਂ ਬਹੁਤੇ ਮਾਡਰਨ ਹੋ ਗਏ। ਅਸੀਂ ਆਪਣੇ ਬੱਚਿਆਂ ਨੂੰ ਵੀ ਘਰਾਂ ਚ ਵੀ ਤੇ ਸਕੂਲਾਂ ਚ ਵੀ ਉਰਦੂ ਚਲਾਤਾ। ਠੀਕ ਆ, ਉਰਦੂ ਸਾਡੀ ਕੌਮੀ ਜ਼ਬਾਨ ਆ, ਮਗਰ ਉਹਦੀ ਦੁਨੀਆਂ ਤੇ ਪਹਿਚਾਣ ਹੋਣੀ ਚਾਹੀਦੀ ਆ। ਠੀਕ ਆ, ਮਗਰ ਸਾਡੀ ਪੰਜਾਬੀ ਜ਼ਬਾਨ, ਸਾਡੀ ਮਾਦਰੀ ਜ਼ਬਾਨ ਜਿਹੜੀ ਆ ਨਾ, ਉਹ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਕੀ ਖਿਲਾਵਾਂਗੇ ਕੱਲ ਨੂੰ? ਏਦਾਂ ਹੀ ਕਿ ਮੈਂ ਤੁਹਾਨੂੰ ਮਿਸਾਲ ਦਿੱਤੀ ਅੱਗੇ ਕਿ ਵੀ ਮੇਰੀ ਭੈਣ ਦੇ ਬੱਚੇ ਉਰਦੂ ਬੋਲਦੇ। ਸਹੀ, ਮੈਂ ਉਹ ਤੋਂ ਪੁੱਛਿਆ ਵੀ ਦੱਸ ਇਹ ਕੱਲ ਨੂੰ ਕਿੱਦਾਂ ਕਹਿਣਗੇ ਅਸੀਂ ਪੰਜਾਬੀ ਆ? ਅਸੀਂ ਪੰਜਾਬੀ ਆ, ਪੈਂਟ ਸ਼ਰਟ ਪਾਈ ਹੋਏਗੀ, ਸਿਰ ਤੇ ਟੋਪੀ ਹੋਏਗੀ, ਕਿੱਦਾਂ ਕਹੇਗਾ? ਨਹੀਂ ਜੀ ਨਹੀਂ, ਪੰਜਾਬ ਨੂੰ ਦੇਖੋ ਜੀ, ਤੁਹਾਡੇ ਵਰਗੇ ਬੰਦਿਆਂ ਦੀ ਸੋਚ ਤੇ ਤੁਹਾਡੇ ਵਰਗੇ ਬੰਦਿਆਂ ਦੀ ਗੱਲਬਾਤ ਸੁਣ ਕੇ ਨਾ ਬਹੁਤ ਖੁਸ਼ੀ ਹੁੰਦੀ ਆ, ਕਿਉਂਕਿ ਅਸੀਂ ਤੇ ਆਪ ਦਿਨ ਰਾਤ ਇਹ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਨੂੰ ਅੱਗੇ ਕਰਨ ਦੀ। ਬਿਲਕੁਲ, ਤੇ ਜਦੋਂ ਤੁਹਾਡੇ ਵਰਗੇ ਬੰਦਿਆਂ ਨਾਲ ਮੁਲਾਕਾਤ ਹੁੰਦੀ ਹੈ ਨਾ, ਤੁਸੀਂ ਯਕੀਨ ਕਰੋ ਬੜੀ ਖੁਸ਼ੀ ਹੁੰਦੀ ਆ। ਦੇਖੋ ਤੁਸੀਂ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ ਪੰਜਾਬੀ ਦੀਆਂ, ਇਹੀ ਸਭ ਕੁਝ ਹੁੰਦਾ। ਦੇਖੋ ਜੀ, ਹਮੇਸ਼ਾ ਉਹ ਮੁਲਕ ਤੁਸੀਂ ਹੁਣ ਦੇਖ ਲਓ ਵੀ ਇੰਡੀਆ ਵਾਲੇ ਸਰਦਾਰ ਜਿਹੜੇ ਆ, ਹਾਂਜੀ, ਕੋਈ ਦਫ਼ਤਰ ਹੋਵੇ, ਕੋਈ ਬੱਸ ਲਾਰੀ ਹੋਵੇ, ਕੋਈ ਸ਼ਾਦੀ ਵਿਆਹ ਹੋਵੇ, ਉਹ ਆਪਣੀ ਪੱਗ ਨਹੀਂ ਲਾਉਂਦੇ। ਨਹੀਂ ਲਾਉਂਦੇ, ਏਦਾਂ ਹੀ ਹੈ ਨਾ, ਏਦਾਂ ਹੀ ਆਪਣੀ ਜ਼ਬਾਨ ਨਹੀਂ ਪੰਜਾਬੀ ਛੱਡਦੇ ਉਹ। ਤੇ ਸਾਡੇ ਇੱਥੇ ਦਫ਼ਤਰਾਂ ਦੇ ਵਿੱਚ ਨਾ ਕੋਈ ਸਲਵਾਰ ਕਮੀਜ਼ ਪਾਉਂਦਾ, ਜਿਹੜਾ ਸਾਡਾ ਅਸਲੀ ਲਿਬਾਸ ਆ ਉਹਨੂੰ ਵੀ ਛੱਡ ਗਏ ਸੀ। ਅਸਲ ਜਿਹੜੀ ਸਾਡੀ ਮਾਂ ਬੋਲੀ ਜ਼ਬਾਨ ਸੀ ਉਹਨੂੰ ਵੀ ਛੱਡ ਗਏ। ਅਸੀਂ ਹਰ ਚੀਜ਼ ਹੀ ਛੱਡੀ ਜਾਂਦੇ, ਹਰ ਸ਼ੈ ਨੂੰ ਛੱਡੀ ਜਾਂਦੇ। ਦੇਸੀ ਖੁਰਾਕਾਂ ਨਹੀਂ ਛੱਡੀਆਂ ਰਹੀਆਂ, ਦੇਸੀ ਜ਼ਬਾਨ ਨਹੀਂ ਰਹੀ, ਦੇਸੀ ਲਿਬਾਸ ਨਹੀਂ ਰਹੇ, ਦੇਸੀ ਲੋਕ ਨਹੀਂ ਰਹੇ। ਏਦਾਂ ਹੀ ਕੋਈ ਸ਼ੱਕ ਨਹੀਂ, ਮਗਰ ਇੱਕ ਸਾਡਾ ਉਹ ਪਿੱਛਾ ਜਿਹੜਾ ਭੁੱਲਣ ਵਾਲਾ ਨੀ, ਭੁੱਲਣ ਵਾਲਾ ਨੀ, ਜੇ ਅਸੀਂ ਭੁਲਾ ਦਈਏ ਨਾ ਤੇ ਸਾਡਾ ਵੱਡਿਆਂ ਨਾਲ ਸਾਡਾ ਜ਼ੁਲਮ ਆ। ਜ਼ੁਲਮ ਆ, ਜ਼ੁਲਮ ਆ, ਬਹੁਤ ਵੱਡਾ ਜ਼ੁਲਮ ਆ ਸਾਡਾ ਉਹਨਾਂ ਦੇ ਨਾਲ ਕਿ ਵੀ ਇਹ ਕੀ ਕੁਛ ਕਰਕੇ, ਇਹ ਨਾ ਸੀ ਪੰਜਾਬ ਦਾ, ਪੰਜਾਬ ਰਿਆਸਤ ਉਹ ਸੀ ਜਿਹੜੀ ਬਰਸਗੀਰ ਸਭ ਤੋਂ ਵੱਡੀ ਰਿਆਸਤ ਸੀ। ਨਹੀਂ ਜੀ, ਇਹ ਜਿਹੜਾ ਪੰਜਾਬ ਸੀ ਨਾ, ਦੇਖੋ ਜੀ, ਪੰਜਾਬ ਦੇ ਵਿੱਚ ਇਹ ਜਿਹੜੀ ਮਿੱਟੀ ਸੀ ਪੰਜਾਬ ਦੀ, ਇਹ ਬੜੀ ਦਲੇਰ ਮਿੱਟੀ ਸੀ। ਇੱਥੇ ਬੜੇ ਬੜੇ ਸੂਰਮਿਆਂ ਦਾ ਜਨਮ ਹੋਇਆ, ਦੁੱਲੇ ਭੱਟੀ ਵਰਗੇ ਸੂਰਮੇ, ਜੈਮਲ ਫਤਿਹ ਵਰਗੇ ਸੂਰਮੇ, ਮਲੰਗੀ ਧਾਮੇ ਵਰਗੇ ਸੂਰਮੇ, ਜਾਣੀ ਐਸੇ ਐਸੇ ਸੂਰਮੇ ਇਸ ਪੰਜਾਬ ਨੇ ਜੰਮੇ ਜਿਨ੍ਹਾਂ ਦੇ ਨਾਂ ਜੱਗਾ ਜੱਟ ਅੱਜ ਵੀ ਦੁਨੀਆਂ ਤੇ ਚੱਲਣ ਡਏ ਆ। ਮੈਂ ਕਹਿੰਦਾ ਕਿ ਹੈ, ਬਾਕੀ ਛੱਡੋ, ਅੱਜ ਤੁਸੀਂ ਸਾਡੇ ਪਿੰਡ ਦਾ ਨਾਂ ਲਿਆ ਜੱਗੂ ਵਾਲੀ, ਹਾਂਜੀ, ਠੀਕ ਹੈ ਨਾ, ਬਿਸ਼ੱਕ ਇੱਕ ਸਿੱਖ ਤੋਂ ਸੀ ਨਾ, ਹਾਂ, ਮਗਰ ਉਹ ਪੰਜਾਬੀ ਸੀ, ਪੰਜਾਬੀ ਸੀ, ਠੀਕ ਆ। ਮੈਂ ਸਿਆਣੇ ਤੋਂ ਆਪਣੇ ਪਿੰਡ ਦੇ ਤੋਂ ਪੁੱਛ ਬੈਠਾ, ਹਾਂ, ਠੀਕ ਆ, ਕਿ ਵੀ ਬਾਬਾ ਮੈਨੂੰ ਇਹ ਗੱਲ ਦੱਸ, ਤੁਸੀਂ ਨਾਲੇ ਕਹਿੰਦੇ ਉਹ ਡਾਕੂ ਸੀ, ਹਾਂ, ਤੇ ਨਾਲੇ ਉਹਦੇ ਪਿੰਡ ਦੇ ਨਾਂ ਤੋਂ ਉਹ ਨਾਮ ਮਸ਼ਹੂਰ, ਉਹਦੇ ਨਾਂ ਤੇ ਪਿੰਡ ਚੱਲ ਰਿਹਾ, ਡਾਕੂ ਹੈ ਸੀ, ਹਾਂ, ਮਗਰ ਉਹਦੀ ਇੱਕ ਖੂਬੀ ਸੀ, ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਿੰਦਾ ਸੀ। ਵਾਹ ਬਾਈ ਵਾਹ, ਲਓ ਜੀ, ਆਹ ਨਹਿਰ ਜਿਹੜੀ ਨਾ ਗੁਗੇਰਾ ਬ੍ਰਾਂਚ, ਇਹਦੇ ਉੱਪਰ ਹੀ ਸਾਡਾ ਪਿੰਡ ਆ, ਹਾਂ, ਪੁਲ ਦੇ ਨਾਲ ਹੀ ਬਿਲਕੁਲ ਹੀ। ਉਹ ਕਹਿੰਦੇ ਜੀ ਇੱਕ ਦਫਾ ਤੁਰਿਆ ਆਂਦਾ, ਹਾਂ, ਠੀਕ ਆ, ਬੀਬੀ ਇੱਕ ਧਾੜਾ ਮਾਰਦੀ ਆਵੇ, ਹਾਂ, ਵੀ ਜੱਗੂਆ ਤੇਰਾ ਕੱਖ ਨਾ ਰਵੇ, ਹਾਂ, ਤੇ ਤੇਰੇ ਫੂੜੀ ਵਿਛ ਜਾਵੇ, ਹਾਂ, ਇਹ ਹੋ ਜਾਵੇ, ਉਹ ਹੋ ਜਾਵੇ। ਅੱਗੇ ਉਹ ਆਣ ਡਿਆ ਸੀਗਾ ਬੰਦਾ ਇੱਕ, ਹਾਂ, ਘੋੜੇ ਤੇ ਉਤਰਿਆ, ਉਹਨੇ ਕਿਹਾ ਮਾਈ ਗੱਲ ਕੀ, ਉਹਨੇ ਕਿਹਾ ਮੈਨੂੰ ਜੱਗੂ ਨੇ ਲੁੱਟ ਲਿਆ, ਹਾਂ, ਠੀਕ ਆ, ਨਾ ਜੋਦਾ ਚੱਲਦਾ ਸੀ, ਕੋਈ ਵੀ ਲੁੱਟ ਕੇ ਨਾ ਜੱਗੂ ਦਾ ਲਾਉਂਦਾ ਸੀ, ਜੱਗੂ ਦਾ ਨਹੀਂ ਲਾਉਂਦਾ। ਉਹਨੇ ਕਿਹਾ ਮਾਈ ਅੱਛਾ ਚੱਲ ਤੂੰ ਉੱਤੇ ਬੈਠ, ਮੈਂ ਨਾ ਤੈਨੂੰ ਤੋਰਦਾ ਵਾਂ, ਤੋਰ ਕੇ ਤੋਰ ਘਰ ਛੱਡ ਕੇ ਆਇਆ, ਹਾਂ, ਜਿਹੜਾ ਨੁਕਸਾਨ ਹੋਇਆ ਸੀ ਉਹਨੇ ਕਿਹਾ ਤੈਨੂੰ ਕੱਲ ਨੂੰ ਮਿਲ ਜੂਗਾ, ਠੀਕ ਹੋ ਗਿਆ, ਠੀਕ ਆ ਨਾ, ਮੈਨੂੰ ਪਤਾ ਕਿਹਨਾਂ ਨੇ ਲੁੱਟਿਆ। ਉਹਨੇ ਕਿਹਾ ਤੂੰ ਦੱਸ ਵੀ ਅੱਲਾ ਦਾ ਨੇਕ ਬੰਦਾ ਤੂੰ ਕੌਣ ਆ? ਹਾਂ, ਉਹਨੇ ਕਿਹਾ ਬੀਬੀ ਮੈਂ ਹੀ ਜੱਗੂ ਆ। ਵਾਹ ਬਈ ਵਾਹ, ਵਾਹ, ਠੀਕ ਆ ਨਾ, ਕਿ ਇਹ ਸਾਡੀ ਹਿਸਟਰੀ ਆ, ਏਡੀ ਦਲੇਰਾਨਾ ਹਿਸਟਰੀ ਆ ਸਾਡੀ,
ਏਡੀ ਵੱਡੀ ਸਾਡੀ ਤਾਰੀਖ ਆ ਤੇ ਅਸੀਂ ਕੀ ਪਿੱਛੇ ਅੱਗੇ ਕੀ ਲੈ ਕੇ ਜਾ ਰਹੇ ਆ? ਏਦਾਂ ਹੀ ਕੁਛ ਵੀ ਨੀ, ਅੱਗੇ ਕੀ ਲੈ ਕੇ ਜਾ ਰਹੇ ਆ? ਜਾਂਦਾ ਨਾ ਏਦਾਂ ਹੀ। ਤੁਸੀਂ ਗੱਲ ਕੀਤੀ ਪੰਜਾਬੀ ਸਿੱਖਾਂ ਦੀ, ਦੇਖੋ ਉਹਨਾਂ ਨੇ ਥ੍ਰੀ ਪੀਸ ਪਾਇਆ ਹੋਊ, ਟਾਈ ਲਾਈ ਹੋ, ਉੱਤੇ ਪੱਗ ਹੋਊ, ਸਿਰ ਤੇ ਪੱਗ ਹੋਊ, ਤੇ ਗੱਲ ਪੂਰ ਪੰਜਾਬੀ ਚ ਕਰਨਗੇ। ਏਦਾਂ ਹੀ ਏਦਾਂ ਹੀ, ਠੀਕ ਹੈ ਨਾ? ਗੱਲ ਪੂਰ ਪੰਜਾਬੀ ਚ ਕਰਨਗੇ, ਫਿਰ ਕਹਿਣਗੇ ਜੀ। ਅੱਛਾ ਇੱਥੇ ਇੱਕ ਹੋਰ ਗੱਲ ਭਾਈ ਮੈਂ ਗੱਲ ਕਰਨਾ ਚਾਹਾਂਗਾ, ਵੀਡੀਓ ਲੰਬੀ ਹੋ ਰਹੀ ਹੈ। ਕੋਈ ਕੋਈ ਨੀ, ਉਹਦੇ ਵਿੱਚ ਇਹ ਹੈ ਕਿ ਭਾਈ ਦੇਖੋ ਪੰਜਾਬ ਦੇ ਖਿਲਾਫ ਹਮੇਸ਼ਾ ਸਾਜ਼ਿਸ਼ਾਂ ਹੋਈਆਂ, ਏਦਾਂ ਹੀ ਆ। ਵੰਡ ਪਈ ਤਾਂ ਪੰਜਾਬ ਦੀ ਪਈ ਆ, ਟੋਟੇ ਪੰਜਾਬ ਦੇ ਹੋਏ, ਕੋਈ ਚੱਕ ਟੋਟੇ ਪੰਜਾਬ ਦੇ ਹੋਏ ਆ, ਏਦਾਂ ਹੀ ਆ, ਜੋ ਜਿੱਦਾਂ ਮਰਜ਼ੀ ਕੀਤੇ ਗਏ ਆ, ਏਦਾਂ ਹੀ ਆ, ਠੀਕ ਆ ਨਾ? ਉਹ ਕੀ ਜੇ ਇਕੱਠੇ ਰਹਿੰਦੇ ਤਾਂ ਕੁਛ ਵੀ ਕਰ ਸਕਦੇ ਸੀ। ਲਓ ਜੀ ਪੰਜਾਬ ਨੂੰ ਕੋਈ ਐਂਗਲ ਨਹੀਂ ਕਰ ਸਕਦਾ, ਏਦਾਂ ਹੀ ਆ, ਬਿਲਕੁਲ ਏਦਾਂ ਹੀ। ਇਹ ਪੰਜਾਬ ਦੇ ਟੋਟੇ ਉਹਨਾਂ ਨੇ ਤਾਂ ਹੀ ਕੀਤੇ, ਦੇਖੋ ਜੀ ਹੁਣ ਉਧਰਲਾ ਪੰਜਾਬ ਜਿਹੜਾ ਵਾ ਉਹ ਗੋਰੇ ਆਪਣਾ ਜਿਹੜੇ ਉਹ ਹਿੰਦੂ ਆ, ਉਹ ਉਹਨਾਂ ਦਾ ਕੀ ਨੁਕਸਾਨ ਹੋਇਆ? ਕੁਛ ਵੀ ਨੀ, ਉਹ ਨਿਕਲੇ ਤਾਂ ਸਾਡੇ ਭਰਾ ਸਾਡੇ ਵਿੱਚੋਂ, ਹੁਣ ਵਿਚਾਰੇ 3-4 ਕਰੋੜ ਆਬਾਦੀ ਉੱਥੇ ਉਸ ਪੰਜਾਬ ਦੀ, ਏਦਾਂ ਹੀ ਉਹ ਦੱਸੋ ਜੀ 2.25 ਅਰਬ ਦਾ ਕੀ ਕਰ ਲੈਣਗੇ? ਨਾ ਏਦਾਂ ਹੀ ਆਪਣਾ ਹੱਕ ਲੈ ਸਕਦੇ ਆ? ਨਹੀਂ ਨਹੀਂ ਲੈਂਦੇ, ਫਿਰ ਵੀ ਉਹ ਸਾਡੇ ਨਾਲੋਂ ਫਿਰ ਚੰਗੇ ਆ, ਏਦਾਂ ਹੀ ਫਿਰ ਉਹ ਦਿੱਲੀ ਤੱਕ ਪਹੁੰਚ ਜਾਂਦੇ ਆ। ਸਹੀ ਗੱਲ ਵਾ, ਠੀਕ ਹੈ ਨਾ? ਸਾਡੀ ਹੁਣ ਕਣਕ ਦੀ ਜ਼ਿਆਦਤੀ ਹੋਈ, ਅੱਗੇ ਹੁਣ ਤਿੱਲੀ ਤੇ ਹੋਣ ਲਈ ਤਿਆਰ ਆ, ਤਿਆਰ ਹੋ, ਗਲਤ ਫਹਿਮੀ ਚ ਨਾ ਰਹੋ, ਏਦਾਂ ਹੀ, ਠੀਕ ਹੈ ਨਾ? ਇਹ ਨਾ ਰਹੋ 15,000 ਨੂੰ ਵੇਖੂਗੀ। ਨਹੀਂ ਜੀ ਸਾਡੇ ਤਾਂ ਮੁਲਕ ਜਦੋਂ ਦਾ 17 ਸਾਲਾਂ ਦਾ ਬਣਿਆ, ਮੁਲਕ ਤੇ ਜ਼ੁਲਮ ਹੀ ਹੋਈ ਜਾਂਦਾ, ਅੱਲਾ ਹੀ ਆ ਕਦੇ ਠਾ ਦੇਵੇ। ਉੱਤੋਂ ਸਿਆਣੇ ਕਹਿੰਦੇ ਆ ਜੇਠ ਜਿੰਨਾ ਤਪ ਜਾ ਉਦਾਂ ਹੀ ਚੰਗਾ, ਮੈਂ ਕਹਿੰਦਾ ਜੇਠ ਨੇ ਐਂ ਕਰ ਲੋਕਾਂ ਦੇ ਕੰਨ ਲੂਹਤੇ ਆ, ਪਾਣੀ ਪੀ ਪੀ ਕੇ ਲੋਕਾਂ ਦੇ ਕੰਨਾਂ ਥਾਣੀ ਪਾਣੀ ਆਈ ਜਾਂਦਾ, ਨੱਕ ਥਾਣੀ ਪਾਣੀ ਆਈ ਜਾਂਦਾ। ਮੈਂ ਕਹਿੰਦਾ ਕਿ ਇੰਨਾ ਤਾਂ ਤਪਿਆ ਚ ਦੇਖਿਆ ਨੀ ਕਦੀ, ਜਿੰਨਾ ਤਪ ਗਿਆ ਬੁਰਾ ਹਾਲ ਤੇ ਨਾ ਬੌਂਕੇ ਦਿਹਾੜੇ ਕਰ ਦਿੱਤੇ। ਹੁਣ ਤਾਂ ਅੱਲਾ ਦੀ ਯਾਦ ਕੋਈ ਛੱਟਾਂ ਪਾ ਦੇਵੇ, ਚਾਰ ਰਹਿਮਤ ਦੀ ਬਾਰਿਸ਼ ਕਰ ਦੇਵੇ। ਮੈਨੂੰ ਪਾਸ਼ਾ ਜੀ ਇੱਕ ਗੱਲ ਯਾਦ ਆ ਗਈ। ਹਾਂਜੀ ਹਾਂਜੀ, ਠੀਕ ਹੈ ਮੈਂ ਜ਼ਰੂਰ ਸੁਣਾ। ਅੱਛਾ ਇੱਕ ਮਿੰਟ, ਇਹ ਬਾਈ ਜੀ ਭਾਈ ਸਾਡੇ ਨੇ ਆ ਜਿਹੜੀ ਸਰਦਾਰ ਸਿੱਖ ਦੀ ਗੱਲ ਸੁਣਾਈ ਨਾ ਜੱਗੂ ਦੀ, ਇਹ ਜੱਗੂ ਵਾਲੀ 50 ਜਿਹੜੀ 150 ਜੱਗੂ ਵਾਲੀ ਉਹਦੇ ਨਾਂ ਤੇ ਸਰਦਾਰ ਜੀ ਦੇ ਨਾਂ ਤੇ ਆ, ਤੇ ਉਹਨਾਂ ਦੀ ਇਹ ਗੱਲ ਸੁਣਾਈ ਆ ਜਿਹੜੇ ਤਖੜੇ ਘਰਾਂ ਨੂੰ ਲੁੱਟ ਕੇ ਤੇ ਗਰੀਬ ਘਰਾਂ ਨੂੰ ਦੇ ਦਿੰਦੇ ਸੀ, ਤੇ ਉਹ ਜੱਗੂ ਸੀਗਾ ਜਿਹਦੇ ਨਾਂ ਤੇ 50 ਆਈ ਆ। ਬਿਲਕੁਲ। ਅੱਛਾ ਜੀ ਹੁਣ ਸੁਣਾਓ ਬਾਈ ਗੱਲ। ਹਾਂ ਤੁਹਾਡੀ ਗੱਲ ਦੇ ਨਾਲ ਮੈਂ ਗੱਲ ਜੋੜ ਦਵਾਂ, ਇਹਨੂੰ ਇੱਕ ਵਾਰੀ ਕਲਿੱਪ ਘੁਮਾ ਦੇ ਮਾੜਾ ਜਿਹਾ। ਜੱਗੇ ਜਿਹੜੇ ਆ ਨਾ ਹਿਸਟਰੀ ਦੇ ਵਿੱਚ ਬੜੇ ਜੱਗੇ ਦੋ ਹੋਏ ਆ, ਇੱਕ ਜੱਗਾ ਜਗਤ ਸਿੰਘ ਜੱਗਾ ਜਿਹੜਾ ਸਿੱਖ ਸੀਗਾ, ਉਹ ਜਿਹੜੇ ਨਾਂ ਦੇ ਨੀ ਜੱਗਾ ਜੰਮੀਆਂ ਦੇ ਮਿਲਣ ਵਧਾਈਆਂ, ਬਿਲਕੁਲ ਵੱਡਾ ਹੋਇਆ ਡਾਕੇ ਮਾਰਦਾ, ਠੀਕ ਹੈ? ਤੇ ਦੂਸਰਾ ਜੱਗਾ ਡਾਕੂ ਗੁੱਜਰ ਹੋਇਆ ਸੀ ਜਿਹੜਾ ਪੁਲਿਸ ਮੁਕਾਬਲੇ ਵਿੱਚ ਲਾਹੌਰ ਮਰਿਆ ਸੀ, ਜਿਹਦੇ ਨਾਂ ਚੋਂ ਜੱਗਾ ਟੈਕਸ ਚੱਲਿਆ, ਜੱਗਾ ਟੈਕਸ ਚੱਲਿਆ। ਹਾਂ ਇਹ ਮੈਂ ਵੱਡ ਤਾਂ ਕੀਤੀ ਆ ਵੀ ਕਿਸੇ ਨੂੰ ਕਨਫਿਊਜ਼ਨ ਨਾ ਰਹੇ, ਜਿਹੜਾ ਸਾਡੇ ਪਿੰਡਾਂ ਦਾ ਜੱਗੂ ਸੀ ਇਹ ਲੋਕਲੀ ਤੌਰ ਤੇ ਮਸ਼ਹੂਰ ਸੀ, ਜਾਨੀ ਇੱਕ ਆਮ ਬੰਦਾ ਸੀਗਾ। ਹਾਂਜੀ ਬਿਲਕੁਲ ਜੀ, ਤੇ ਉਹ ਨਾਲੇ ਦੁਆਲੇ ਦੇ 4-5 8-10 ਬੰਦਿਆਂ ਨੂੰ ਪਤਾ ਆਏਗਾ। ਕੀ ਬਾਤ ਆ, ਕੀ ਬਾਤ ਆ। ਬਾ ਮੈਂ ਗੱਲ ਇਸ ਗੱਲ ਤੋਂ ਬਾਅਦ ਇਨਸ਼ਾਅੱਲਾ ਅਸੀਂ ਗੱਲ ਖਤਮ ਕਰਾਂਗੇ, ਕਾਫੀ ਵੀਡੀਓ ਲੰਬੀ ਹੋ ਗਈ। ਬਹੁਤ ਸ਼ੁਕਰੀਆ ਭਾਈ ਉਹਨਾਂ ਨੇ ਟਾਈਮ ਦਿੱਤਾ ਕਿ ਸਾਡੇ ਨਾਲ ਨਾ ਉਹ ਮਾਮਲਾ ਹੋਇਆ ਕਿ ਅਸੀਂ ਪੈਂਡੇ ਤੈਅ ਕਰ ਲੈ ਪਰ ਕਿਤੇ ਉੱਪੜੇ ਨਹੀਂ। ਹਾਏ ਹਾਏ ਹਾਏ, ਪੈਂਡੇ ਅਸੀਂ ਬੜੇ ਤੈਅ ਕਰ ਲੈ ਕਿਤੇ ਉੱਪੜੇ ਨਹੀਂ। ਗੱਲ ਮੈਂ ਨਾ ਉਹੀ ਤੁਹਾਡੇ ਵਾਲੀ ਗੱਲ ਕਿ ਥੋੜਾ ਮਜ਼ਾਈਆ ਗੱਲ ਟੱਚ ਐਂਡ ਤੇ ਦਵਾਂਗਾ, ਮਗਰ ਗੱਲ ਬੜੀ ਸੁਣਨੇ ਵਾਲੀ ਭਾਈ। ਸਾਡੇ ਨਾ ਇੱਥੇ ਟੋਬੇ ਦੀ ਗੱਲ, ਟੋਬੇ ਤੋਂ ਪੜੇ ਉਹ ਬੰਦੇ ਆਏ, ਉਹਨਾਂ ਨੇ ਬਰਾਤ ਲੈ ਕੇ ਜਾਣੀ ਹੋਵੇ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ, ਜਲੰਧਰ। ਅੱਛਾ ਅੱਛਾ, ਗੱਡਿਆਂ ਦੇ ਪਹੁੰਚੇ ਰੇਲਵੇ ਸਟੇਸ਼ਨ ਤੇ, ਕੋਲਿਆਂ ਵਾਲੇ ਇੰਜਣ ਹੁੰਦੇ ਸੀਗੇ, ਉਹ ਦਿਨ ਡੇਢ ਦਿਨ ਲਾ ਕੇ ਉੱਥੇ ਪਹੁੰਚੇ ਸਟੇਸ਼ਨ ਤੇ, ਕੋਈ 6 ਘੰਟੇ ਚ ਉੱਥੇ ਇੰਤਜ਼ਾਰ ਕੀਤਾ, ਕੋਈ ਦਿਨ ਗੱਡੀ ਆ ਗਈ ਬਹਿ ਗਏ ਬਹਿ ਕੇ ਤੇ ਖੈਰ ਪਹੁੰਚ ਗਏ ਜਲੰਧਰ। ਕੋਲਿਆਂ ਵਾਲੀ ਗੱਡੀਆਂ ਸੀ, ਰੇਲ ਗੱਡੀਆਂ ਕਿੰਨੀ ਸਪੀਡ ਨਾਲ ਚੱਲੀਆਂ ਸੀ, ਕਾਫੀ ਦਿਨ ਲੱਗ ਗਏ, ਮਤਲਬ ਏਦਾਂ ਹੀ ਕਾਫੀ ਦਿਨ ਲੱਗ ਗਏ। ਆਹੋ ਜੀ ਉਹ ਸਵਾਰੀਆਂ ਏਦਾਂ ਦੀਆਂ, ਉੱਥੇ ਜਾ ਕੇ ਵੀ ਫਿਰ ਇਹ ਸੂਰਤੇ ਹਾਲ ਹੋ ਗਈ ਕਿ ਆਪਣਾ ਨਾ ਫਿਰ ਅੱਗੇ ਗੱਡੀਆਂ ਦੇ ਲੈਣ ਆਏ, ਉਹਨਾਂ ਨੇ ਵੀ 2 ਦਿਨ ਲਾ ਤੇ, ਪਿੱਛੋਂ ਪਤਾ ਨੀ ਕਿੱਥੋਂ ਆਏ ਸੀ,
ਅੱਛਾ ਦਿਨ 5-6 ਪਹੁੰਚਣ ਨੂੰ ਲੱਗ ਗਿਆ, ਠੀਕ ਹੈ, 2-3 ਦਿਨ ਉਹਨਾਂ ਨੇ ਵੀ ਰੱਖਣਾ ਸੀ, ਪਹਿਲੇ ਇੱਦਾਂ ਰੱਖਦੇ ਹੁੰਦੇ ਸੀਗੇ। ਅੱਛਾ 2-3 ਦਿਨ ਉਹਨਾਂ ਨੇ ਵੀ ਰੱਖਣਾ, ਉਹਨਾਂ ਨੇ ਇਹ ਆਪਣਾ ਉਹ ਜਿਹੜਾ ਦੁੱਲਾ ਸੀਗਾ ਨਾ ਜਿਦਾਂ ਹੁਣ ਆਪਾਂ ਬੈਠੇ ਆ ਏਦਾਂ ਹੀ ਬੈਠੇ, ਤੇ ਉਹਨੇ ਨਾ ਕਹਿੰਦਾ ਅੱਬਾ, ਕਹਿੰਦਾ ਹਾਂ, ਅੱਛਾ ਚੁੱਪ ਕਰ, ਕਹਿੰਦਾ ਨੀ ਚੁੱਪ ਨੀ, ਕਹਿੰਦਾ ਬਾਬਾ ਅੱਬਾ ਮੈਨੂੰ ਇੱਕ ਗੱਲ ਦੱਸ ਦੇ, ਉਹ ਤਾਂ ਸਫ਼ਰ ਚ ਮਾਤੀ ਨੀ ਮਾਰ ਦਿੱਤੀ ਸੀ, ਕਹਿੰਦਾ ਮੈਨੂੰ ਇੱਕ ਗੱਲ ਦੱਸ ਦੇ, ਕਹਿੰਦਾ ਕੀ, ਕਹਿੰਦਾ ਮੈਨੂੰ ਬਸ ਇੰਨਾ ਦੱਸ ਦੇ ਵੀ ਇੱਥੋਂ ਮੱਕਾ ਮਦੀਨਾ ਕਿੰਨੀ ਕੁ ਦੂਰ ਆ, ਵੀ ਲੱਗੇ ਤਾਂ ਇੰਨੇ ਸਫ਼ਰ ਕਰ ਲਿਆ, ਚਲੋ ਉੱਥੋਂ ਵੀ ਹੋਇਆ ਜੀ, ਠੀਕ ਆ, ਕਿ ਬਾਈ ਅਸੀਂ ਸਫ਼ਰ ਕਰ ਲਿਆ 17-17 ਸਾਲਾਂ ਦਾ ਤੈ, ਠੀਕ ਆ, ਮਗਰ ਬਾਈ ਅਸੀਂ ਜਿੱਥੇ ਚਲੇ ਸੀ ਉੱਥੋਂ ਵੀ ਪਿੱਛੇ ਪਿੱਛੇ ਨੂੰ ਗਏ ਆ, ਅਸੀਂ ਪਿੱਛੇ ਨੂੰ ਗਏ ਆ, ਸਾਨੂੰ ਕੋਈ ਪਾਸਾ ਨਜ਼ਰ ਨਹੀਂ ਆਣ ਡਿਆ, ਠੀਕ ਆ ਨਾ। ਆਹ ਭਾਈਆਂ ਨਾਲ ਮਿਲਣ ਦਾ ਮਤਲਬ ਇਹ ਆ, ਅਸਾਂ ਦੂਰ ਪਾਸ਼ਾ ਸਾਹਿਬ ਨੂੰ ਜਾਂ ਸਾਡੇ ਜਿਹੜੇ ਪੰਜਾਬੀ ਕਲਚਰ ਦੇ ਹੀਰੋ ਆ ਇਹਨਾਂ ਨੂੰ ਮਿਲਣ ਦਾ ਮਤਲਬ ਇਹ ਆ ਕਿ ਮੁੜ ਪੋ ਪਿੱਛੇ ਨੂੰ, ਏਦਾਂ ਹੀ ਆ, ਠੀਕ ਹੈ ਨਾ, ਮੁੜ ਪੋ ਪਿੱਛੇ ਨੂੰ। ਤੁਹਾਡੇ ਵਾਲੀ ਗੱਲ ਵੀ ਜਿਹੜੇ ਫੁੱਲ ਲਾਏ ਸੀਗੇ ਨਾ, ਹੋ ਸਕਦਾ ਉਹ ਜਵਾਨ ਹੋਏ ਹੋਣ, ਏਦਾਂ ਹੀ ਏਦਾਂ ਹੀ ਏਦਾਂ, ਕੋਈ ਸ਼ੱਕ, ਉਹਨਾਂ ਦੀ ਖੁਸ਼ਬੂ ਲਵੋ, ਅੱਗੇ ਝਾੜੀਆਂ ਦੇ ਨਾ ਵਧੋ, ਏਦਾਂ ਹੀ ਏਦਾਂ ਹੀ, ਠੀਕ ਆ, ਆਪਣੇ ਪਿਛੋਕੜ ਵੱਲ ਮੁੜੋ, ਦੇਖੋ ਭਾਲੋ ਕਿ ਤੁਸੀਂ ਕਿਹਨਾਂ ਦੀ ਔਲਾਦ ਹੋ, ਸਹੀ ਗੱਲ, ਕੀ ਕਰਦੇ ਰਹੇ ਹੋ, ਠੀਕ ਹੈ ਨਾ, ਕੀ ਕਰਦੇ ਰਹੇ ਹੋ, ਕੀ ਕੀ ਕਰ ਸਕਦੇ ਹੋ ਤੁਸੀਂ, ਏਦਾਂ ਹੀ ਏਦਾਂ, ਤੁਸੀਂ ਦੁਨੀਆ ਫਤਿਹ ਕੀਤੀ ਹੋਈ ਹੈ, ਸਹੀ ਗੱਲ, ਠੀਕ ਆ। ਅੱਜ ਤੁਹਾਨੂੰ ਇਹ ਨੀ ਸਮਝ ਆਉਣ ਦੀ ਤੁਸੀਂ ਅੰਗਰੇਜ਼ ਆ ਕਿ ਉਰਦੂ ਆ ਕਿ ਪੰਜਾਬੀ ਆ, ਨਹੀਂ ਜੀ, ਉਹ ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਵੀ ਉਹ ਕਿਸੇ ਦਾ ਨਿਆਣਾ ਨਾ ਬਾਹਰੋਂ ਪੜ੍ਹ ਕੇ ਆ ਗਿਆ, ਭਲਾ ਵਕਤ ਸੀ, ਅੱਛਾ, ਤੇ ਉਹ ਪੜ੍ਹ ਕੇ ਵੀ ਕਦੇ ਫਾਰਸੀ ਜਾ ਗਿਆ, ਤੇ ਜਦੋਂ ਪਿੰਡਾਂ ਥਾਵਾਂ ਵਿੱਚ ਆਇਆ ਨਾ, ਤੁਹਾਨੂੰ ਪਤਾ ਲੋਕਾਂ ਨੂੰ ਟੌਰ ਬਣਾਉਣ ਦੀ ਆਦਤ ਹੁੰਦੀ ਆ, ਇੱਥੇ ਸਾਊਦੀ ਅਰਬ, ਉੱਥੋਂ ਭਾਵੇਂ ਜੋ ਮਰਜ਼ੀ ਕਰਦਾ ਆਵੇ, ਇੱਥੇ ਆਣ ਕੇ ਲੱਠਾ ਨੀ ਅਗਲਾ ਲਾਉਂਦਾ, ਨਹੀਂ ਨਹੀਂ ਨਹੀਂ, ਉਹ ਕਹਿੰਦਾ ਮੇਰੇ ਵਰਗਾ ਨਾ ਉੱਥੇ ਕੰਮ ਹੀ ਕਿਸੇ ਦਾ ਨਹੀਂ, ਤੇ ਉਹ ਕਦੇ ਪੜ੍ਹ ਕੇ ਆ ਗਿਆ ਤੇ ਆਣ ਕੇ ਨਾ ਪਿੰਡ ਵੀ ਨਾ ਫਾਰਸੀ ਚ ਲੋਕਾਂ ਨੂੰ ਗੱਲਾਂ ਕਰੇ, ਫਾਰਸੀ ਚ ਹਰ ਗੱਲ ਕਰੇ, ਲੋਕ ਹੁਣ ਚੁੱਪ ਕਰਕੇ ਵਿਚਾਰੇ ਸਿੱਧੇ ਪੰਜਾਬੀ ਸੀਗੇ, ਉਹ ਤੁਰੇ ਜਾਣ, ਉਹਨਾਂ ਨੂੰ ਵੀ ਪਤਾ ਥੋੜੇ ਜਿਹੇ ਦਿਨ ਪੈ ਦੇ, ਉਹ ਤਾਂ ਕਦੇ ਬਿਮਾਰ ਹੋ ਗਿਆ ਤੇ ਮੰਜੀ ਤੇ ਪਿਆ ਕਰੇ ਆਪ ਹੁਣ ਘਰਦਿਆਂ ਨੂੰ ਪਤਾ ਹੀ ਨਹੀਂ ਲੱਗੇ, ਅੱਛਾ, ਉਹ ਇੱਦਾਂ ਕਰਦਾ ਕਰਦਾ ਮਰ ਗਿਆ, ਸਹੀ ਹੈ, ਉਹ ਕੋ ਬੰਦਾ ਆਇਆ ਸਿਆਣਾ, ਕੋ ਪੜ੍ਹਿਆ ਲਿਖਿਆ ਸੀ, ਉਹਨੇ ਆਣ ਕੇ ਪੁੱਛਿਆ, ਉਹਨੇ ਕਹੀ ਯਾਰ ਕੀ ਗੱਲ ਹੋਈ ਇਹਨੂੰ, ਕਾਨਾ ਮਰ ਗਿਆ ਬੜਾ ਟਵਾੜ ਦੀ, ਅਸੀਂ ਯਾਰ ਪਤਾ ਨੀ ਕੀ ਗੱਲ ਹੋਈ, ਅਸੀਂ ਆਪ ਕਰਦਾ ਮਰ ਗਿਆ, ਉਹਨੇ ਕਿਹਾ ਤੁਹਾਡਾ ਬੇੜਾ ਤਾਜ਼ਾ ਤਾਂ ਪਾਣੀ ਮੰਗਦੇ ਮਰ ਗਿਆ, ਜਾਣੀ ਪੰਜਾਬੀ ਜ਼ਬਾਨ ਇਹ ਜੀ, ਉਹ ਇਸ ਗੱਲ ਨੂੰ ਆਪਣੀ ਸ਼ੌਕ ਹੀ ਨਾ ਮਾਰਦਾ, ਹੈ, ਤੇ ਪਾਣੀ ਦੇ ਘੋਟੋ ਦੇ ਅੰਦਰ ਚਲ ਜਾਂਦਾ, ਸ਼ਾਇਦ ਬਾਜੀ ਜਾਂਦਾ, ਬਾਈ ਮਕਸਦ ਗੱਲ ਕਹਿੰਦਾ ਇਹ ਵੀ ਅਸੀਂ ਇਹਨੂੰ ਆਪਣੇ ਵਿਰਸੇ ਨੂੰ ਛੱਡ ਦਿੱਤਾ, ਛੱਡ, ਉਹੀ ਗੱਲ ਤੁਹਾਡੇ ਆ ਗਈ ਕਿ ਸਾਨੂੰ ਮਜਬੂਰੀਆਂ ਇੰਨੀਆਂ ਨੇ ਮਾਰ ਲਿਆ, ਹੁਣ ਤੁਸੀਂ ਉਹੀ ਗੱਲ ਤੋਂ ਵਿਚਾਰਾ ਪੜ੍ਹਨ ਬਾਹਰ ਗਿਆ, ਸਾਡੇ ਬੰਦੇ ਰੋਜ਼ੀ ਲਈ ਬਾਹਰ ਜਾਂਦੇ ਆ, ਏਦਾਂ ਹੀ ਏਦਾਂ, ਆ ਮੁੰਡੇ ਦੋਸਤ ਕੋਲ ਉੱਠ ਕੇ ਆਏ ਆ ਪੱਖੋ ਵਾਲੋ, ਉਹਨੇ ਗੱਲ ਸੁਣਾਈ ਬੜੀ ਪੁਰਾਣੀ ਗੱਲ, ਉਹਨੇ ਕਿਹਾ ਬੰਦਾ ਚਲਾ ਗਿਆ ਭੁੱਖ ਦਾ ਮਾਰਿਆ ਸੀ ਵਿਚਾਰਾ ਬਾਹਰ ਚਲਾ ਗਿਆ, ਕਿਤੇ ਬਹੁਤ ਚਿਰ ਬਾਅਦ ਮੁੜਿਆ, ਉਹ ਜਦੋਂ ਚਿਰ ਬਾਅਦ ਮੁੜਿਆ ਨਾ ਦਿਮਾਗ ਹਿੱਲ ਗਿਆ ਸੀ, 20 ਬੱਚਿਆਂ ਤੋਂ ਬਗੈਰ, ਮਾਂ ਪਿਓ ਤੋਂ ਬਗੈਰ, ਮਾਂ ਪਿਓ ਮਰ ਗਏ, 20 ਬੱਚਿਆਂ ਤੋਂ ਬਗੈਰ 20-25 ਸਾਲ ਗੁਜ਼ਾਰੇ ਸੀ, ਕਿਉਂਕਿ ਦਿਮਾਗ ਕਿਤੇ ਹਿੱਲ ਗਿਆ, ਉਹ ਨਾ ਬਾਹਰੋਂ ਬਾਹਰ ਪਾਸ਼ਾ ਜੀ ਨਾ ਆਪਣੇ ਪਿੰਡ ਬੰਦੀ ਵਜੇ ਬਾਹਰੋਂ ਬਾਹਰ ਕਬਰਸਤਾਨ ਪਹੁੰਚ ਗਿਆ, ਅੱਛਾ, ਕਬਰਸਤਾਨ ਪਹੁੰਚ ਕੇ ਤਾਂ ਹੁਣ ਉਹਨੇ ਧਿਆਨ ਮਾਰਿਆ, ਕਹਿੰਦਾ ਸਾਰੀ ਮਰ ਗਏ, ਕੋਈ ਵੀ ਨੀ ਬਚਿਆ, ਜਦਵਾਗ ਤਾਂ ਹਿੱਲਿਆ ਸੀਗਾ, ਤੇ ਰੋਲਾ ਇਹ ਸਾਡਾ ਤਾਂ ਇਹ ਹੋਣ ਡਈ ਆ ਵੀ ਨਗਰ ਆਹ ਆਣ ਡਿਆ ਵੀ ਅੱਗੇ ਉਹ ਧੜਵੀ ਕਬਰ ਹੀ ਨਜ਼ਰ ਆਣ ਡਈ, ਜੋ ਸੂਰਤ ਹਾਲ ਤੂੰ ਸਦਾ ਕਬਰਾਂ ਚ ਨਲਕਾ ਪੱਟ ਲਿਆ, ਕਹਿੰਦਾ ਮੈਂ ਤਾਂ ਪੱਟਿਆ ਵੀ ਇਹਦਾ ਮਾਲਕ ਵੀ ਮਰ ਗਿਆ ਹੁਣ।